ਹਾਂਜੀ, ਸਭ ਦਾ ਸਵਾਗਤ ਹੈ ਜੀ ਅਤੇ ਹਾਜ਼ਰ ਹਾਂ ਜੀ। ਮੌਸਮ ਬਾਰੇ ਤਾਜ਼ਾ ਜਾਣਕਾਰੀ ਲੈ ਕੇ, ਕਿਵੇਂ ਦਾ ਰਹੇਗਾ ਮੌਸਮ ਆਉਣ ਵਾਲੇ ਦਿਨਾਂ ਦੌਰਾਨ, ਅਤੇ ਇਸੇ ਵੀਡੀਓ ਦੇ ਵਿੱਚ ਹੀ ਦੱਸਿਆ ਜਾਵੇਗਾ ਪੂਰੇ ਪੰਜਾਬ ਦੇ ਜਿਹੜੇ ਜ਼ਿਲ੍ਹਾਵਾਰ ਮੌਸਮ ਜਿਹੜਾ ਉਹ ਕਿਵੇਂ ਰਹੇਗਾ ਆਉਣ ਵਾਲੇ ਦਿਨਾਂ ਦੌਰਾਨ, ਬਾਰਿਸ਼ ਕਦੋਂ ਹੋਵੇਗੀ, ਕੀ ਇਹ ਹਵਾਵਾਂ ਦਾ ਰੁੱਖ। ਅਤੇ ਜੇ ਆਪਾਂ ਹਵਾਵਾਂ ਦੀ ਗੱਲ ਕਰੀਏ ਤਾਂ ਜਿਹੜੀਆਂ ਹਵਾਵਾਂ ਨੇ, ਜਿਹੜੀਆਂ ਨਵੀਂ ਭਰੀਆਂ ਸਿੱਲ ਭਰੀਆਂ ਹਵਾਵਾਂ ਸਮੁੰਦਰੀ ਤਲ ਤੋਂ ਜਿਹੜੀਆਂ ਚੱਲ ਰਹੀਆਂ ਨੇ ਗੁਜਰਾਤ ਵੱਲ ਨੂੰ, ਅਤੇ ਜਿਨ੍ਹਾਂ ਦੀ ਜਿਹੜੀ ਇਹ ਗਤੀ ਹੈ ਉਹ ਕਾਫੀ ਤੇਜ਼, ਲਗਭਗ 80-90 ਕਿਲੋਮੀਟਰ ਤੋਂ ਵਧੇਰੇ ਸਪੀਡ ਨਾਲ ਚੱਲ ਰਹੀਆਂ ਨੇ, ਅਤੇ ਜਿਸ ਦੇ ਕਾਰਨ ਕਈ ਭਾਗਾਂ ਦੇ ਵਿੱਚ ਕੇਰਲਾ ਸਾਈਡ ਵੱਲ ਜਿਹੜੀ ਇਹ ਮੋਹਲੇਧਾਰ ਬਾਰਿਸ਼ ਹੋਈ ਹੈ, ਅਤੇ ਆਉਣ ਵਾਲੇ ਦਿਨਾਂ ਦੌਰਾਨ ਵੀ ਹੋਣ ਦੀ ਸੰਭਾਵਨਾ ਹੈ। ਇੱਧਰੋਂ ਬੰਗਾਲ ਦੀ ਖਾੜੀ ਵੱਲੋਂ ਜਿਹੜੀਆਂ ਹਵਾਵਾਂ ਨੇ ਉਹ ਵੀ ਸਮੁੰਦਰ ਤਲ ਤੋਂ ਘੁੰਮ ਕੇ, ਜਿਹੜਾ ਜਿਵੇਂ ਤੁਸੀਂ ਵੇਖ ਰਹੇ ਹੋ ਨਕਸ਼ੇ 'ਤੇ, ਅਤੇ ਅੰਦਰ ਵੱਲ ਨੂੰ ਭਾਰਤ ਦੇ ਆ ਰਹੀਆਂ ਨੇ। ਅਤੇ ਅੱਜ 11 ਅਤੇ 12 ਜੂਨ ਦੇ ਦੌਰਾਨ ਜਿਹੜਾ ਉਹ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਅਤੇ ਹੁਣ ਤੁਹਾਨੂੰ ਦੱਸਦੇ ਹਾਂ ਪੂਰਾ ਵੇਰਵਾ, ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਅਤੇ ਰਾਜਸਥਾਨ, ਯੂਪੀ ਵਗੈਰਾ ਦਾ। ਅਤੇ ਆਪਾਂ ਜੇ ਹੁਣ ਗੱਲ ਕਰਦੇ ਹਾਂ ਪੰਜਾਬ ਦੇ ਮੌਸਮ ਦੀ, ਪੰਜਾਬ ਵਿੱਚ 11 ਤਰੀਕ ਨੂੰ, 11 ਜੂਨ ਨੂੰ ਜਿਹੜੀ ਟੁੱਟਵੀਂ ਬੱਦਲਵਾਈ ਵੇਖਣ ਨੂੰ ਮਿਲੇਗੀ, ਅਤੇ 12 ਜੂਨ ਨੂੰ ਜਿਹੜਾ ਬੱਦਲਵਾਈ ਜਿਹੜੀ ਹੈ ਉਹ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਜਿਹੜਾ ਉਹ ਮੀਂਹ ਪੈਣ ਦੀ ਕਾਫੀ ਜ਼ਿਆਦਾ ਸੰਭਾਵਨਾ ਹੈ ਪੰਜਾਬ ਵਿੱਚ। ਅਤੇ ਜ਼ਿਲ੍ਹਾਵਾਰ ਵੀ ਦੱਸਦੇ ਚੱਲੀਏ ਪੰਜਾਬ ਦੀ ਸਥਿਤੀ ਜਿਹੜੀ ਹੈ, ਪਟਿਆਲਾ ਦੇ ਵਿੱਚ ਜਿਹੜਾ ਕਾਫੀ ਘੱਟ ਜਿਹੜੀ ਹੈ ਮੀਂਹ ਦੀ ਸੰਭਾਵਨਾ ਹੈ। 12 ਤਰੀਕ ਨੂੰ ਸਵੇਰ ਦੇ ਸਮੇਂ 9 ਕੁ ਵਜੇ ਦੇ ਨੇੜੇ ਤੇੜੇ ਜਿਹੜਾ ਮੀਂਹ ਪੈ ਸਕਦਾ ਜਿਹੜਾ, ਜਾਣੀ ਉਹ ਵੀ ਕਾਫੀ ਘੱਟ। ਅਤੇ ਫਾਜ਼ਿਲਕਾ ਦੇ ਵਿੱਚ ਵੀ ਟੁੱਟਵੀ ਬੱਦਲਵਾਈ ਬਣੀ ਰਹੇਗੀ। ਗੁਰਦਾਸਪੁਰ ਵਿੱਚ 11 ਜੂਨ ਨੂੰ ਸ਼ਾਮ ਤੋਂ 12 ਜੂਨ ਦੁਪਹਿਰ ਤੱਕ ਜਿਹੜਾ ਉਹ ਮੀਂਹ ਪੈ ਸਕਦਾ, ਛਿੱਟੇ ਪੈ ਸਕਦੇ ਨੇ। ਅਤੇ ਇਸੇ ਤਰ੍ਹਾਂ ਹੀ ਨਵਾਂਸ਼ਹਿਰ ਦੇ ਵਿੱਚ ਟੁੱਟਵੀਂ ਬੱਦਲਵਾਈ 11 ਤਰੀਕ ਨੂੰ, 12 ਤਰੀਕ ਨੂੰ ਸਵੇਰ ਸਮੇਂ ਜਿਹੜਾ ਉਹ ਮੀਂਹ ਪੈਣ ਦੀ ਸੰਭਾਵਨਾ ਹੈ। ਕਪੂਰਥਲਾ ਦੇ ਵਿੱਚ 11 ਨੂੰ ਟੁੱਟਵੀਂ ਬੱਦਲਵਾਈ, ਅਤੇ 12 ਜੂਨ ਨੂੰ 12 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਜਿਹੜਾ ਉਹ ਮੀਂਹ ਪੈਣ ਦੀ ਕਾਫੀ ਸੰਭਾਵਨਾ ਹੈ ਕਪੂਰਥਲਾ ਜ਼ਿਲ੍ਹੇ ਦੇ ਵਿੱਚ। ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਟੁੱਟਵੀਂ ਬੱਦਲਵਾਈ ਵੇਖਣ ਨੂੰ ਮਿਲੇਗੀ, ਅਤੇ 12 ਜੂਨ ਨੂੰ ਸਵੇਰੇ 9 ਤੋਂ 3 ਵਜੇ ਦੇ ਦੌਰਾਨ ਜਿਹੜਾ ਉਹ ਮੀਂਹ ਪੈਣ ਦੀ ਸੰਭਾਵਨਾ ਹੈ। ਪਰ ਯਾਦ ਰੱਖਿਓ, ਇਹ ਸਾਰਾ ਜਿਹੜੀ ਜਾਣਕਾਰੀ ਮੀਂਹ ਦੀ ਹੈ, ਇਹ ਕਾਫੀ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿੱਚ ਟੁੱਟਵੀਂ ਬੱਦਲਵਾਈ ਦੇ ਨਾਲ ਨਾਲ 12 ਜੂਨ ਨੂੰ ਸਵੇਰ ਸਮੇਂ ਅਤੇ ਉਸ ਤੋਂ ਬਾਅਦ 'ਚ ਬਾਅਦ ਦੁਪਹਿਰ ਜਿਹੜਾ ਉਹ ਛਿੱਟੇ ਪੈ ਸਕਦੇ ਨੇ। ਅਤੇ ਇਸੇ ਤਰ੍ਹਾਂ ਹੀ ਬਠਿੰਡਾ ਦੇ ਵਿੱਚ ਜਿਹੜੀ ਇਹ 12 ਜੂਨ ਨੂੰ ਜਿਹੜੀ ਇਹ ਟੁੱਟਵੀਂ ਬੱਦਲਵਾਈ ਸਿਰਫ ਵੇਖਣ ਨੂੰ ਮਿਲੇਗੀ। ਸ਼੍ਰੀ ਤਰਨ ਤਾਰਨ ਸਾਹਿਬ ਵਿੱਚ ਵੀ 12 ਜੂਨ ਨੂੰ ਦੁਪਹਿਰ ਦੇ ਸਮੇਂ ਜਿਹੜਾ ਉਹ ਮੀਂਹ ਪੈ ਸਕਦਾ ਹੈ, ਕਿਤੇ ਕਿਤੇ ਛਿੱਟੇ ਪੈ ਸਕਦੇ ਨੇ। ਲੁਧਿਆਣਾ ਦੇ ਵਿੱਚ ਟੁੱਟਵੀਂ ਬੱਦਲਵਾਈ, ਅਤੇ 12 ਜੂਨ ਨੂੰ ਜਿਹੜਾ ਉਹ ਸਵੇਰ ਸਮੇਂ ਛਿੱਟੇ ਪੈਣ ਦੀ ਸੰਭਾਵਨਾ ਹੈ, ਉਹ ਵੀ ਕਾਫੀ ਘੱਟ ਛਿੱਟੇ ਪੈ ਸਕਦੇ ਨੇ ਜਿਹਾ ਲੱਗ ਰਿਹਾ। ਅਤੇ ਇਸ ਤੋਂ ਬਾਅਦ 'ਚ ਮਾਨਸਾ ਦੇ ਵਿੱਚ 12 ਜੂਨ ਨੂੰ ਟੁੱਟਵੀਂ ਬੱਦਲਵਾਈ ਵੇਖਣ ਨੂੰ ਮਿਲ ਸਕਦੀ ਹੈ। ਪਠਾਨਕੋਟ ਦੇ ਵਿੱਚ 12 ਜੂਨ ਨੂੰ ਸ਼ਾਮ ਸਮੇਂ ਜਿਹੜਾ ਉਹ ਛਿੱਟੇ ਪੈ ਸਕਦੇ ਨੇ ਕਿਤੇ ਕਿਤੇ। ਅਤੇ ਹੁਸ਼ਿਆਰਪੁਰ ਦੇ ਵਿੱਚ 12 ਜੂਨ ਨੂੰ ਜਿਹੜਾ ਉਹ ਬਾਅਦ ਦੁਪਹਿਰ ਤੋਂ ਜਿਹੜਾ ਉਹ ਛਿੱਟੇ ਪੈ ਸਕਦੇ ਨੇ। ਮੋਗਾ ਦੇ ਵਿੱਚ 12 ਜੂਨ ਨੂੰ ਖਾਸ ਕਰਕੇ ਸਵੇਰ ਦੇ ਸਮੇਂ ਜਿਹੜਾ ਉਹ ਸੰਘਣੀ ਬੱਦਲਵਾਈ ਵੇਖਣ ਨੂੰ ਮਿਲ ਸਕਦੀ ਹੈ। ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਜਿਹੜੀ ਇਹ 12 ਜੂਨ ਨੂੰ ਕਿਤੇ ਕਿਤੇ ਟੁੱਟਵੀਂ ਬੱਦਲਵਾਈ ਵੇਖਣ ਨੂੰ ਮਿਲ ਸਕਦੀ ਹੈ, ਜਿਹਾ ਇੱਥੋਂ ਜਾਣਕਾਰੀ ਮਿਲ ਰਹੀ ਹੈ। ਅਤੇ ਰੂਪਨਗਰ ਦੇ ਵਿੱਚ 12 ਜੂਨ ਨੂੰ ਅੰਮ੍ਰਿਤ ਵੇਲੇ ਜਿਹੜਾ ਉਹ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ, ਜਾਣੀ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ ਪਰ। ਅਤੇ ਸ਼ਾਮ ਦੇ ਸਮੇਂ ਵੀ ਬੱਦਲਵਾਈ ਵੇਖਣ ਨੂੰ ਮਿਲੇਗੀ। ਸੰਗਰੂਰ ਦੇ ਵਿੱਚ ਅੱਜ ਵੀ ਟੁੱਟੀ ਹੋਈ ਬੱਦਲਵਾਈ, ਅਤੇ 12 ਜੂਨ ਨੂੰ ਸਵੇਰ ਦੇ ਸਮੇਂ ਜਿਹੜਾ ਉਹ ਸੰਘਣੀ ਬੱਦਲਵਾਈ ਕਿਤੇ ਕਿਤੇ ਵੇਖਣ ਨੂੰ ਮਿਲ ਸਕਦੀ ਹੈ। ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ 12 ਜੂਨ ਨੂੰ ਸਵੇਰ ਸਮੇਂ ਜਿਹੜੀ ਇਹ ਬੱਦਲਵਾਈ ਵੇਖਣ ਨੂੰ ਮਿਲ ਸਕਦੀ ਹੈ। ਅਤੇ ਇਸੇ ਤਰ੍ਹਾਂ ਹੀ ਬਰਨਾਲਾ ਦੇ ਵਿੱਚ ਜਿਹੜਾ ਏਰੀਆ ਦੇ ਵਿੱਚ ਸਵੇਰ ਸਮੇਂ ਜਿਹੜੀ ਇਹ ਸੰਘਣੀ ਬੱਦਲਵਾਈ ਵੇਖਣ ਨੂੰ ਮਿਲੇਗੀ, ਅਤੇ ਛਿੱਟੇ ਵੀ ਪੈ ਸਕਦੇ ਨੇ। ਫਿਰੋਜ਼ਪੁਰ ਦੇ ਵਿੱਚ 12 ਜੂਨ ਨੂੰ ਸਵੇਰ ਸਮੇਂ ਜਿਹੜਾ ਉਹ ਛਿੱਟੇ ਪੈਣ ਦੀ ਸੰਭਾਵਨਾ ਹੈ। ਅਤੇ ਤੇਜ਼ ਹਵਾਵਾਂ ਜਿਹੜੀਆਂ ਨੇ ਪੂਰੇ ਪੰਜਾਬ ਦੇ ਵਿੱਚ ਚੱਲ ਸਕਦੇ ਨੇ 12 ਜੂਨ ਨੂੰ। ਫਰੀਦਕੋਟ ਦੇ ਵਿੱਚ ਵੀ ਟੁੱਟਵੀਂ ਬੱਦਲਵਾਈ ਦੀ ਸੰਭਾਵਨਾ ਹੈ,
ਹੁਣ ਗੱਲ ਦਿੱਲੀ ਦੀ, ਦਿੱਲੀ ਦੇ ਵਿੱਚ ਜਿਹੜਾ ਮੌਸਮ ਹੈ 12 ਜੂਨ ਨੂੰ ਸਵੇਰ ਸਮੇਂ ਜਿਹੜੀ ਹੈ ਉਹ ਸੰਘਣੀ ਬੱਦਲਵਾਈ ਵੇਖਣ ਨੂੰ ਮਿਲ ਸਕਦੀ ਹੈ। ਚੰਡੀਗੜ੍ਹ ਦੇ ਵਿੱਚ ਵੀ ਸਵੇਰ ਸਮੇਂ 12 ਜੂਨ ਨੂੰ ਜਿਹੜੀ ਹੈ ਬੱਦਲਵਾਈ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਹੀ ਹਿਮਾਚਲ ਪ੍ਰਦੇਸ਼ ਵਿੱਚ ਸਵੇਰ ਸਮੇਂ ਅਤੇ ਉਸ ਤੋਂ ਬਾਅਦ 'ਚ ਸ਼ਾਮ ਸਮੇਂ ਜਿਹੜਾ ਉਹ ਛਿੱਟੇ ਪੈਣ ਦੀ ਸੰਭਾਵਨਾ 12 ਜੂਨ ਨੂੰ। ਹਰਿਆਣਾ ਦੇ ਵਿੱਚ ਆਪਾਂ ਮੌਸਮ ਜੇ ਵੇਖੀਏ ਤਾਂ ਹਰਿਆਣਾ ਦੇ ਕੁਛ ਭਾਗਾਂ ਦੇ ਵਿੱਚ 12 ਜੂਨ ਨੂੰ ਸਵੇਰ ਸਮੇਂ ਜਿਹੜਾ ਉਹ ਸੰਘਣੀ ਬੱਦਲਵਾਈ ਵੇਖਣ ਨੂੰ ਮਿਲ ਸਕਦੀ ਹੈ ਅਤੇ ਉੱਤਰ ਪ੍ਰਦੇਸ਼ ਵਿੱਚ ਜਿਹੜਾ ਸਵੇਰ ਸਮੇਂ 12 ਜੂਨ ਨੂੰ ਟੁੱਟਵੀਂ ਬੱਦਲਵਾਈ ਅਤੇ ਬਾਅਦ ਦੁਪਹਿਰ ਸ਼ਾਮ ਸਮੇਂ ਸੰਘਣੀ ਬੱਦਲਵਾਈ ਵੇਖਣ ਨੂੰ ਮਿਲ ਸਕਦੀ ਹੈ। ਅਤੇ ਜੰਮੂ ਦੇ ਵਿੱਚ ਜਿਹੜਾ ਉਹ 12 ਜੂਨ ਨੂੰ ਸਵੇਰ ਸਮੇਂ ਜਿਹੜੀ ਹੈ ਮੀਂਹ ਪੈਣ ਦੀ ਸੰਭਾਵਨਾ। ਇਸ ਤੋਂ ਇਲਾਵਾ ਰਾਜਸਥਾਨ ਦੇ ਵਿੱਚ 12 ਜੂਨ ਨੂੰ ਬਾਅਦ ਦੁਪਹਿਰ ਜਿਹੜਾ ਉਹ ਮੀਂਹ ਪੈ ਸਕਦਾ, ਛਿੱਟੇ ਪੈ ਸਕਦੇ ਨੇ, ਹਵਾਵਾਂ ਤੇਜ਼ ਚੱਲ ਸਕਦੀਆਂ ਨੇ। ਅਤੇ ਇਸ ਦੇ ਨਾਲ ਹੀ ਪੰਜਾਬ ਦਾ ਇੱਕ ਨੋਟ ਕਰਵਾਉਣ ਦੇ ਚੱਲੀਏ, ਜਿਹੜਾ ਜਲੰਧਰ ਏਰੀਆ, ਫਗਵਾੜਾ ਏਰੀਆ ਖਾਸ ਕਰਕੇ ਗੁਰਾਇਆ, ਇਹਨਾਂ ਦੇ ਵਿੱਚ ਜਿਹੜਾ 12 ਜੂਨ ਨੂੰ ਜਿਹੜਾ ਬਾਅਦ ਦੁਪਹਿਰ ਤੋਂ ਮੀਂਹ ਪੈਣ ਦੀ ਪੂਰੀ ਸੰਭਾਵਨਾ। ਅਤੇ ਇਸੇ ਤਰ੍ਹਾਂ ਹੀ ਰਾਜਸਥਾਨ ਦਾ ਜਿਹੜਾ ਹਨੂੰਮਾਨਗੜ੍ਹ ਜ਼ਿਲ੍ਹਾ, ਉੱਥੇ ਜਿਹੜੀ ਹੈ ਟੁੱਟਵੀਂ ਬੱਦਲਵਾਈ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ। ਸੋ ਦੋਸਤੋ, ਇਹ ਸੀ ਮੌਸਮ ਦੀ ਜਾਣਕਾਰੀ, ਦਿਓ ਇਜਾਜ਼ਤ, ਬਹੁਤ ਬਹੁਤ ਧੰਨਵਾਦ।